ਕੀ ਹਾਲ ਆ ਬਈ ਸਾਰੇ ਵੀਰਾਂ ਦਾ? ਹੋਰ ਬਈ ਕਬੂਤਰ ਕਬਾਤਰ ਸੈੱਟ ਆ ਬਈ ਸਾਰਿਆਂ ਦੇ? ਤੇ ਅੱਜ ਬਈ ਆਪਾਂ ਚੱਲੇ ਆ ਠੱਲਾ ਲੈਣ, ਠੀਕ ਹੈ, ਕਬੂਤਰਾਂ ਦੇ ਪੈਰਾਂ 'ਚ ਪਾਉਣ ਨੂੰ, ਤੇ ਰੰਗ ਰੁੰਗ ਲੈ ਕੇ ਚੱਲਾਂਗੇ, ਠੀਕ ਹੈ, ਤੇ ਆਪਣੇ ਸਾਰੇ ਲੱਤਾਂ ਦੇ ਮੁੰਡੇ ਹੋਰ ਚੱਲੇ ਆ, ਠੀਕ ਹੈ ਬਈ, ਤੇ ਚੱਲਦੇ ਆ ਬਈ, ਠੀਕ ਹੈ, ਦਿਖਾਉਂਦੇ ਤੁਹਾਨੂੰ ਜੀ ਕਬੂਤਰ ਦੇਖੋ। ਲਓ ਜੀ ਠੱਲਾ ਲੈ ਲਈਆਂ, ਠੀਕ ਹੈ, ਆਹ ਦੇਖ ਲਓ, ਤੇ ਆਪਾਂ ਨੂੰ 10 ਰੁਪਏ ਦੀ ਜੋੜੀ ਪਈ ਹੈ, ਠੀਕ ਹੈ ਬਈ, ਦੇਖ ਲਓ, ਤੇ ਆਹ ਦੁਕਾਨ ਆ ਬਈ, ਠੀਕ ਹੈ, ਤੇ ਇੱਥੇ ਹਰੇਕ ਤਰ੍ਹਾਂ ਦਾ ਕਬੂਤਰਾਂ ਦਾ ਸਮਾਨ ਮਿਲ ਜਾਂਦਾ, ਤੇ ਆਹ ਦੇਖ ਲਓ ਯਾਰ ਰੰਗ ਵੀ ਹੈ, ਠੀਕ ਹੈ, ਤੇ ਹੋਰ ਵੀ ਕਾਫੀ ਆਈਟਮਾਂ ਪਈਆਂ, ਆਹ ਬਾਜੀਆਂ ਵਾਲੇ ਪਿੰਜਰੇ ਪਏ ਨੇ, ਠੀਕ ਹੈ ਵੀਰੇ, ਆਹ ਦੇਖ ਲਓ, ਆਹ ਟਰੇਆਂ ਵੀ ਪਈਆਂ ਦੇਖੋ ਦਾਣੇ ਵਾਲੀਆਂ, ਤੇ ਆਹ ਡੋਲੀ, ਆਹ ਪਿੰਜਰਾ ਕਬੂਤਰਾਂ ਵਾਲਾ, ਤੇ ਆਹ ਡੋਲੀ ਕਿੰਨੇ ਦੀ ਹੈ ਵੀਰੇ? ਡੋਲੀ ਸਮਾਨ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਸਕਦੇ ਆ, ਤੇ ਛਤਰੀਆਂ ਵੀ ਪਈਆਂ ਉਹ ਦੇਖ ਲੋ, ਠੀਕ ਹੈ ਵੀਰੇ, ਟਾਂਗੀਆਂ ਵੀ ਪਈਆਂ ਵੀਰੇ, ਠੀਕ ਹੈ, ਦੇਖ ਲੋ, ਇਹ 15 ਫੁੱਟੀ ਵੀ ਹੈ, 18 ਫੁੱਟੀ ਵੀ ਹੈ, ਤੇ 20 ਫੁੱਟੀ ਵੀ, ਕੱਪੜਾ ਵੀ ਹੈਗਾ ਵੀਰੇ ਤੈਂ ਵਾਲਾ, ਠੀਕ ਹੈ, ਛਤਰੀਆਂ ਵਾਲਾ, ਆਹ ਬਾਜੀਆਂ ਵਾਲੇ ਪਿੰਜਰੇ ਦੇ, ਕਿੰਨੇ ਰੁਪਏ ਦਾ ਵੀਰੇ ਇਹ? ਕਿਹੜਾ ਇਹ ਪਿੰਜਰਾ? 850 ਰੁਪਏ, ਇਹ 850 ਰੁਪਏ ਦਾ ਪਿੰਜਰਾ ਬਈ, ਠੀਕ ਹੈ, ਤੇ ਉਹ ਇੱਕ ਲੱਕੜ ਵਾਲੀ ਵੱਡੀ ਛਤਰੀ, ਇਹ ਵੀ ਦੱਸ ਦਿਓ ਵੀਰੇ ਕਿੰਨੇ ਦੀ ਹੈ? ਇਹ 550 ਰੁਪਏ ਦੀ ਲੱਗ ਜੂ ਵੀਰੇ ਛਤਰੀ, ਇਹ ਲੋਹੇ ਵਾਲੀ ਵੀ ਆ ਗਈ ਵੀਰੇ, ਦੇਖੋ ਇਹ 350 ਰੁਪਏ ਦੀ ਆ ਗਈ, ਤੇ ਆਹ ਕਬੂਤਰਾਂ ਵਾਲੇ ਜਾਲ ਆ ਗਏ, ਇਹ ਕਿੰਨੇ ਦਾ ਵੀਰੇ? ਇਹ 750 ਰੁਪਏ ਦਾ, ਇਹ 2 ਖਾਨੇ ਵਾਲੀ ਆ ਗਈ, ਇਹ ਕਿੰਨੇ ਦੀ ਸੀ ਵੀਰੇ? ਹਾਂਜੀ ਇਹ 1700 ਦੀ, ਤੇ ਜਿਹੜੀ 3 ਖਾਨੇ ਵਾਲੀ ਉਹ 2300 ਰੁਪਏ ਦੀ, ਆ ਜਿਹੜਾ ਆਹ, ਠੀਕ ਹੈ, ਇਹ ਕਿੰਨੇ ਦਾ ਵੀਰੇ? ਇਹ 550 ਰੁਪਏ ਦਾ, ਜੇ ਕਿਸੇ ਨੇ ਲੈਣਾ ਹੋਵੇ ਬਈ, ਠੀਕ ਹੈ ਵੀਰੇ, ਇਹ 850 ਰੁਪਏ ਦਾ ਵੀਰੇ, ਆਹ ਵਾਲਾ ਪੰਜਾ ਰੰਗ ਵੀ ਜਾਮਨੀ ਤੇ ਗੁਲਾਬੀ ਤੇ ਹਰਾ ਤੇ ਆਹ ਵੀ ਜਾਮਨੀ, ਹੋਰ ਕਿਹੜਾ ਵੀਰੇ? ਇਹ ਵੀ ਗੁਲਾਬੀ ਆ ਗਿਆ, ਆਹ ਦੇਖੋ ਜੀ, ਆਹ ਨਾਮ ਹੈ ਜੀ ਦੁਕਾਨ ਦਾ, ਠੀਕ ਹੈ, ਸੁਰਜੀਤ ਸਿੰਘ ਸਿਰਕੀ ਵਾਲੇ, ਠੀਕ ਹੈ ਵੀਰੇ, ਆਹ ਦੁਕਾਨ ਦਾ ਨਾਮ ਹੈ, ਤੇ ਇੱਕ ਵਾਰੀ ਨੰਬਰ ਫੇਰ ਬੋਲ ਦੋ ਵੀਰੇ, 94625 70164 ਨਾਮ, ਠੀਕ ਹੈ ਵੀਰੇ, ਆਪਾਂ ਰੰਗ ਲਿਆਤਾ, ਠੀਕ ਹੈ, ਜਾਮਨੀ ਰੰਗ, ਠੀਕ ਹੈ, ਤੇ ਆਪਾਂ ਲਿਆਤੀਆਂ ਠੱਲਾਂ, ਠੀਕ ਹੈ ਬਈ, ਆਹ ਦੇਖ ਲਓ, ਕਾਲੀ ਚਿੱਟੀ ਤੇ ਜਾਮਨੀ ਬਈ, ਠੀਕ ਹੈ, ਤੇ ਹੁਣ ਬਈ ਇਹ ਤੁਹਾਨੂੰ ਕਬੂਤਰਾਂ ਦੇ ਪੈਰਾਂ ਚ ਪਾ ਕੇ ਦਿਖਾਉਂਦੇ ਆ, ਠੀਕ ਹੈ ਬਈ, ਲਓ ਜੀ ਹੁਣ ਪਾਉਂਦੇ ਆ, ਆਹ ਦੇਖ ਲਓ ਸਾਰੇ ਕਬੂਤਰ ਆ, ਇਹਨਾਂ ਦੀ ਠੱਲਾਂ ਪਾਉਂਦੇ ਆ ਦੇਖੋ ਜੀ, ਠੀਕ ਹੈ, ਤੇ ਜਿਹੜੇ ਜਿਹੜੇ ਬਈ ਨੰਬਰ ਹੋਣਗੇ, ਜਿਵੇਂ ਆਪਣੇ ਇਹਦੇ ਨਾਲ ਨਾ ਯਾਦ ਰਿਹਾ ਕਰੂਗਾ ਕਿਹੜੀ ਠੱਲ ਕਿਹੜੇ ਕਬੂਤਰ ਦੇ ਪੈਰ ਚ ਪਾਈ ਹੋਈ ਆ, ਨੰਬਰ ਯਾਦ ਰੱਖਣ ਵਾਸਤੇ, ਠੀਕ ਹੈ ਬਈ, ਤੇ ਹੁਣ ਪਾ ਕੇ ਤੁਹਾਨੂੰ ਦਿਖਾਉਂਦੇ ਆ, ਆ ਦੇਖੋ ਜੀ ਇਸ ਤਰ੍ਹਾਂ, ਠੀਕ ਹੈ, ਤੇ ਇਸ ਤਰੀਕੇ ਨਾਲ ਇਹਨੂੰ, ਆਹ ਦੇਖੋ ਜੀ ਇਹ ਹੋ ਗਈ ਲੋਕ, ਠੀਕ ਹੈ ਵੀਰੇ, ਤੇ ਆਹ ਪੈ ਗਈ ਵੀਰੇ ਸੱਜੇ ਪੈਰ 'ਚ, ਪੁੱਠੀ ਪੈ ਗਈ ਯਾਰ, ਖੜ ਜਾ, ਲਓ ਜੀ ਹੁਣ ਸਿੱਧੀ ਪੈ ਗਈ, ਠੀਕ ਹੈ, ਆਹ ਦੇਖ ਲਓ 72 ਨੰਬਰ, ਇਹ ਵੱਡਾ ਬੱਚਾ ਸੀ ਇਸ ਕਰਕੇ 72 ਪਾਈ ਹੈ, ਤੇ ਹੁਣ ਜਿਹੜਾ ਇਹਦਾ ਭਰਾ ਹੈ ਉਹਦੇ ਆਪਾਂ 62 ਪਾਵਾਂਗੇ, ਤੇ ਲਓ ਜੀ ਆਹ 62 ਨੰਬਰ, ਤੇ ਹੁਣ ਪਾਉਂਦੇ ਹਾਂ ਆਹ ਵਾਲੇ ਬੱਚੇ ਦੇ ਕਾਲੇ ਚੀਨੇ ਦੇ ਛੋਟੇ ਦੇ, ਲਓ ਜੀ ਦੇਖੋ, ਲਓ ਜੀ ਠੀਕ ਹੈ ਪੈ ਗਿਆ, ਆਹ ਦੇਖੋ ਜੀ 62 ਨੰਬਰ, ਤੇ ਆਹ ਬੱਚਾ ਬਈ, ਠੀਕ ਹੈ, ਲਓ ਜੀ ਸਾਰਿਆਂ ਦੇ ਪੈਰਾਂ 'ਚ, ਠੀਕ ਹੈ, ਠੱਲਾ ਪਾਤੀਆਂ, ਆਹ ਦੇਖ ਲਓ, ਉਦੋਂ ਬਈ ਇੰਨਾ ਦਿਖਾਇਆ ਨਹੀਂ ਗਿਆ, ਠੀਕ ਹੈ, ਕਿਉਂਕਿ ਉਦੋਂ ਕੰਮ ਚੱਲ ਗਿਆ ਸੀ ਬਈ, ਠੀਕ ਹੈ, ਤੇ ਦੇਖ ਲਓ ਬਈ ਸਾਰਿਆਂ ਦੇ ਪਾਤੀਆਂ ਬਈ ਠੱਲਾ, ਠੀਕ ਹੈ, ਆਹ ਦੇਖੋ ਇੱਕ ਵੀ ਇਹੋ ਜਿਹਾ ਹੈ ਨਹੀਂ ਬਈ ਜਿਹਦੇ ਨਾ ਪਾਈ ਹੋਵੇ, ਠੀਕ ਹੈ, ਸਾਰਿਆਂ ਦੇ ਹੀ ਪਾਤੀਆਂ ਆਲਮੋਸਟ।
ठीक है आ देखो फिर सारे ने पा दिया ठीक है। अब बच्चा रह गया ये भी थोड़ा वड्डा हो जूगा ना ये भी पा देंगे फिर ठीक है। तो बाकी आप सारे ने पाई दी है ठीक है ठीक है भाई वीडियो की एंडिंग भी इतनी कर दें ठीक है भाई बाय बाय सारे।